चाहे दो फोन सब रख वे दिते इंटरनेट ने पट वे दिते इंटरनेट ने पट वे दिते इंटरनेट ने 2 घंटे हुण मसां ही सोंदे रात पावें ऐ लम्मी इंस्टा ते साडा डैडी जागदा व्हाट्सएप ते साडी मम्मी नहीं लगदी दोहां दी अख बेद ते इंटरनेट ने पट बेद ते इंटरनेट ने। हांजी 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 सही सोचिया तुसी, फोन तो बिना तो अजकल कोई रह ही नहीं सकता ते इंटरनेट सब तो वड्डा मसला बनिया होया आ। अब मसले तो याद आया, तुसी शो देख रहे हो जी पोटू दे मसले ते अज दा साडा मसला है इंटरनेट। इंटरनेट की हुंदा आ ते इस मसले दा हल करन वास्ते असी पोटू दे मसले प्रोग्राम दे विच बुला लैने आ अज पोटू शाह नू। पोटू शाह जी हाजिर हो। पोटू शाह जी हाजिर हो ना, मैनू तुसी कचहरी च बुलाने पे जा, मैं कोई कतल कर दिता जा, को मैं किसी दी जेब कट ली है, हैं जा मेरे ते 25-26 केस पै गया। पोटू शाह जी हाजिर हो। मैं तो मैं ते लड़न लई नहीं सद्या। ते होर तुसी मेरा इथे लंच करन नु सद्या? ओहो तुसी मेरी गल्ला दे जवाब दो। लंच की, असी गल्ला दे जवाब देन तो बाद तुहानू डिनर करा के भेजांगे। गल्ला दे जवाब दो, मैं तुहानू उदां ही जवाब देन नाल लो, मेरे वल्लों तुहानू जवाब है। ओ तुसी ए जवाब ना दो, मेरी गल सुनो, तुसी मैनू ते मेरे दर्शकां नू ਸਾਡੇ ਸਵਾਲਾਂ ਦੇ ਜਵਾਬ ਦੋ। ਇਹ ਦੱਸੋ ਕਿ ਇਹ ਇੰਟਰਨੈਟ ਆ ਜੋ, ਇਹਨੂੰ ਅਸੀਂ ਆਮ ਭਾਸ਼ਾ ਵਿੱਚ ਕਹਿ ਕੀ ਸਕਦੇ ਆ? ਇਹ ਇੰਟਰਨੈਟ ਨੂੰ ਆਮ ਭਾਸ਼ਾ 'ਚ ਕਹਿੰਦੇ ਆ ਜੀ ਮਹਾਜਾਲ। ਮਹਾਜਾਲ ਉਹ ਮੈਂ ਤੁਹਾਨੂੰ ਦੱਸਦਾ, ਅੱਜ ਕੱਲ ਬੰਦਾ ਜਿਹੜਾ ਜੇਲ੍ਹ ਤੋਂ ਬਾਹਰ ਜ਼ਮਾਨਤ ਤੇ ਆ ਸਕਦਾ ਜੀ, ਪਰ ਨੈਟ 'ਚੋਂ ਬਾਹਰ ਕਦੇ ਨਹੀਂ ਆ ਸਕਦਾ। ਮੈਂ ਤੁਹਾਨੂੰ ਦੱਸਾਂ, ਅਗਰ ਅੱਜ ਸਭ ਤੋਂ ਵੱਡਾ ਕੋਈ ਪੀਰ ਹੈ ਤਾਂ ਮੋਬਾਈਲ ਹੈ। ਉਹ ਕਿੱਦਾਂ? ਸਾਰਿਆਂ ਦਾ ਸਿਰ ਮੋਬਾਈਲ ਮੂਹਰੇ ਝੁਕਿਆ ਹੋਇਆ, ਮਾਂ ਪੇ ਨੂੰ ਭਾਵੇਂ ਨਾ ਮੱਥਾ ਟੇਕਣ, ਮੋਬਾਈਲ ਅੱਗੇ ਆਏ ਸਿਰ ਝੁਕਿਆ, ਭਾਵੇਂ ਗਰਦਨ ਨੂੰ ਸਰਵਾਈਕਲ ਹੀ ਹੋ ਜਾਏ। ਸਰਵਾਈਕਲ ਹੁੰਦਾ ਹੋ ਜੇ, ਫੋਨ ਤਾਂ ਅਸੀਂ ਛੱਡਣਾ ਹੀ ਨਹੀਂ ਛੱਡਣਾ। ਮੈਂ ਕਿਹਾ ਪੋਟੂ ਸ਼ਾਹ ਜੀ, ਹਾਂਜੀ, ਹੁਣ ਤਾਂ ਫੇਰ ਵੀ ਹਜੇ ਠੀਕ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇੰਟਰਨੈਟ ਨੇ ਵੀ ਤਰੱਕੀ ਕਰਨੀ ਜਿੱਦਾਂ ਬੰਦੇ ਤਰੱਕੀ ਕਰਦੇ ਨੇ। ਮੈਂ ਕਿਹਾ ਪੁੱਛੋ ਨਾ ਜੀ, ਹਰ ਗੱਲ ਇੰਟਰਨੈਟ ਨਾਲ ਰਿਲੇਟਡ ਹੋਇਆ ਕਰਨੀ ਆ। ਸਹੀ ਗੱਲ ਹੈ ਜੀ, ਜਿੱਦਾਂ ਰਿਸ਼ਤੇ ਹੋਇਆ ਕਰਨੇ ਉਹ ਵੀ ਇੰਟਰਨੈਟ ਨਾਲ ਰਿਲੇਟਡ ਹੋਇਆ ਕਰਨੇ। ਬਿਲਕੁਲ, ਮੈਂ ਕਿਹਾ ਤੁਸੀਂ ਰਿਸ਼ਤਾ ਲੈਣ ਆਓ, ਆਪਾਂ ਹੁਣੇ ਮੈਂ ਤੁਹਾਨੂੰ ਦੱਸ ਦਿੰਦਾ ਕਿਵੇਂ ਰਿਸ਼ਤੇ ਹੋਇਆ ਕਰਨਗੇ। ਅੱਛਾ, ਮੈਂ ਵਿਚੋਲੀ ਬਣ ਕੇ ਆਵਾਂ? ਆਓ। ਹਾਂ ਪੋਟੂ ਸ਼ਾਹ ਜੀ, ਹਾਂਜੀ, ਤੁਹਾਡੇ ਮੁੰਡਾ ਹੈਗਾ? ਬਿਲਕੁਲ ਜੀ, ਸਾਡਾ ਮੁੰਡਾ ਦੇ ਪੁੱਛੋ ਨਾ 4G ਆ। 4G ਭੈਣ ਜੀ, ਸਾਰੇ ਐਪ ਡਾਊਨਲੋਡ ਕਰੀ ਬੈਠਾ, ਟੱਚ ਤੇ ਸਾਡੇ ਮੁੰਡੇ ਦਾ ਪਾਣੀ ਵਾਂਗੂ ਚੱਲਦਾ, ਤੁਸੀਂ ਰਿਸ਼ਤਾ ਪੱਕਾ ਕਰੋ। ਓਹੋ ਕੋਈ ਗੱਲ ਨਹੀਂ, ਮੁੰਡੇ ਬਹੁਤ ਆ ਸਾਡੇ ਕੋਲ, ਮੁੰਡਿਆਂ ਦੀ ਤਾਂ ਭਰਮਾਰ ਹੈ, ਬਸ ਕੁੜੀ ਨਹੀਂ ਮਿਲਦੀ ਰਿਸ਼ਤੇ ਵਾਸਤੇ। ਇਹ ਤੁਹਾਡੇ ਕੁੜੀ ਹੈਗੀ? ਮੈਂ ਕਿਹਾ ਜੀ ਪੁੱਛੋ ਨਾ, ਸਾਡੀ ਕੁੜੀ ਦਾ ਵਿਆਹ ਹੀ ਨਹੀਂ ਹੁੰਦਾ। ਹਾਏ ਹਾਏ, ਕੁੜੀ ਦਾ ਵਿਆਹ ਕਿਉਂ ਨਹੀਂ ਹੁੰਦਾ? ਮਰ ਜਾਣੀ, ਹੈਂਗ ਹੋ ਜਾਂਦੀ ਹੈ, ਤਾਂ ਰੋਟੀ ਪਕਾਉਂਦੀ ਪਕਾਉਂਦੀ ਹੈਂਗ ਹੋ ਗਈ, ਤਵੇ ਤੇ ਅਸੜਾ ਲਿਆ। ਦੱਸੋ ਭੈਣ ਜੀ, ਕਿੱਥੇ ਵਿਆਹ ਕਰਦੀ ਹੈ? ਸਹੀ ਗੱਲ ਹੈ, ਸਹੀ ਗੱਲ ਹੈ। ਤੇ ਜਦੋਂ ਕਿਸੇ ਦੀ ਨੂੰਹ ਨੇ ਪਿੰਡ 'ਚ ਵਿਆਹ ਕੇ ਆਇਆ ਕਰਨਾ ਤੇ ਨਾਲ ਦੀ ਗਵਾਂਢਣ ਨੇ ਮੋਟਾ ਜਿਹਾ ਮਾਰ ਕੇ ਪੁੱਛਣਾ, ਨਾ ਭੈਣ ਜੀ ਆ ਫਲਾਣਿਆਂ ਦੀ ਨੂੰ ਦਾਜ ਕਿੰਨਾ ਕੁ ਲੈ ਕੇ ਆਈ ਆ? ਉਹਨਾਂ ਨੇ ਮੂਹਰਿਓਂ ਪਤਾ ਕੀ ਕਹਿਣਾ? ਕੀ ਕਹਿਣਾ? ਹੈ ਭੈਣ ਜੀ ਪੁੱਛੋ ਨਾ, ਆ ਜਿਹੜੇ ਮੁੰਡੇ ਵਾਲੇ ਮਰ ਜਾਣੇ ਬੜੇ ਲਾਲਚੀ ਆ, ਇਹ ਤੇ ਦਾਜ 'ਚ ਵਾਈਫਾਈ ਮੰਗਦੇ ਸੀ, ਕੁੜੀ ਵਾਲੇ ਭਾਈ ਗਰੀਬ ਸੀ, ਉਹਨਾਂ ਨੇ ਡੋਂਗਲ ਦੇ ਕੇ ਤੋੜ ਦਿੱਤੀ। ਤੇ ਜਦੋਂ ਲਾਮਾ ਫੇਰੇ ਹੋਇਆ ਕਰਨੇ ਆ, ਉੱਥੇ ਤਾਂ ਨਹੀਂ ਕੋਈ ਪੰਗਾ ਪੈਣਾ? ਮੈਂ ਕਿਹਾ ਪੁੱਛੋ ਨਾ, ਲਾਵਾ ਫੇਰੀਆਂ ਤੇ ਪਤਾ ਕੀ ਹੋਣਾ? ਕੀ ਹੋਣਾ? ਦੂਜੇ ਫੇਰੇ ਤੇ ਕੁੜੀ ਨੇ ਡੇਜਾ ਕਰਨਾ ਧੜਮ। ਕੁੜੀ ਨੇ ਕਿਉਂ ਡੇਗ ਜਿਆ ਕਰਨਾ? ਨੈਟ ਪੈ ਖਤਮ ਹੋ ਜਾ ਕਰਨਾ, ਤੇ ਮੁੰਡੇ ਵਾਲਿਆਂ ਨੇ ਹੌਟਸਪੌਟ ਚਲਾ ਕੇ ਲਾਵਾ ਲਿਆ ਕਰਨੀ ਆ। ਗੱਲ ਇੱਥੇ ਤੱਕ ਪਹੁੰਚ ਜਾਣੀ? ਆਹੋ ਬਈ, ਹੁਣ ਜਿਹਨੂੰ ਵਿਆਹਣ ਆਇਆ ਉਹਨੂੰ ਵਿਆਹ ਕੇ ਲੈ ਕੇ ਹੀ ਜਾਣਗੇ, ਹੁਣ ਇੱਥੇ ਛੱਡ ਕੇ ਥੋੜੀ ਜਾਣਗੇ। ਮੈਂ ਕਿਹਾ ਸਭ ਕੁਝ ਇੰਟਰਨੈਟ ਨਾਲ ਰਿਲੇਟਡ ਹੋਇਆ ਕਰਨਾ। ਤੇ ਜਿਹੜੀਆਂ ਫਿਰ ਮੇਰੀਆਂ ਭੈਣਾਂ ਆਪਾਂ ਜਿਹੜੇ ਬੋਲੀਆਂ ਪਾਉਂਦੇ ਆ, ਲੇਡੀ ਸੰਗੀਤ ਉਹ ਵੀ ਤਾਂ ਫਿਰ ਇੰਟਰਨੈਟ ਨਾਲ ਰਿਲੇਟਡ ਹੋ ਜਾਊਗਾ। ਮੈਂ ਕਿਹਾ ਸ਼ੋਰ ਇੰਟਰਨੈਟ ਨਾਲ ਬੋਲੀਆਂ ਪਿਆ ਕਰਨੀਆਂ ਤੇ ਭੈਣਾਂ ਨੇ ਨੱਚਿਆ ਕਰਨਾ ਇੰਟਰਨੈਟ ਦੀਆਂ ਬੋਲੀਆਂ ਪਾ ਕੇ। ਬੋਲੀ ਪਤਾ ਕਿੱਦਾਂ ਪੈਣੀ ਆ? ਕਿਵੇਂ ਪੈਣੀ? ਕਦੇ ਹੂੰ ਕਰਕੇ, ਕਦੇ ਹਾਂ ਕਰਕੇ, ਕਦੇ ਹੂੰ ਕਰਕੇ, ਕਦੇ ਹਾਂ ਕਰਕੇ, ਸੈਲਫੀ ਲੈਣੀ ਆ ਮੈਂ ਲੰਮੀ ਜਿਹੀ ਬਾਂਹ ਕਰਕੇ, ਸੈਲਫੀ ਲੈਣੀ ਆ ਮੈਂ ਲੰਮੀ ਜਿਹੀ ਬਾਂਹ ਕਰਕੇ। ਬਿਲਕੁਲ ਐ ਪੈਣੀਆਂ ਨੈਟ ਦੀਆਂ ਬੋਲੀਆਂ। ਮਾੜੀਆਂ ਹੋਰ ਆਉਣ ਦਿਓ ਬੋਲੀ, ਅੱਧ ਹੋਰ
ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਖਟ ਕੇ ਲਿਆਂਦੀ ਟੱਚਵੇ ਟੱਚਵੇ ਜੀ ਮੈਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚਵੇ ਮੈਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚਵੇ ਮੈਨੂੰ ਡਿਸਕ ਪ੍ਰੋਬਲਮ ਆਏ ਸਾਰੀ ਦਿਹਾੜੀ ਮੋਬਾਈਲ ਤੇ ਬੈਠੇ ਰਹਿਣਾ ਡਿਸਕ ਪ੍ਰੋਬਲਮ ਹੀ ਹੋਣੀ ਆ ਐਦਾਂ ਬੋਲੀਆਂ ਪੈਣੀਆਂ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਖਟ ਕੇ ਲਿਆਂਦਾ ਵਟਸਐਪ ਨੀ ਵਟਸਐਪ ਨੀ ਜੀ ਮੈਨੂੰ ਧੋਖਾ ਦੇਣੀ ਏ ਤੈਨੂੰ ਲੜ ਜੇ ਸੱਪ ਨੀ ਮੈਨੂੰ ਧੋਖਾ ਦੇਣੀ ਏ ਤੈਨੂੰ ਲੜ ਜੇ ਸੱਪ ਨੀ ਮੈਨੂੰ ਧੋਖਾ ਦੇਣੀ ਏ ਐ ਮਾਰਦਾ ਗੱਪ ਬਈ ਤੈਨੂੰ ਕਿਸੇ ਨੇ ਧੋਖਾ ਦਿੱਤਾ ਨਹੀਂ ਉਹ ਕੱਖ ਬਈ ਤੈਨੂੰ ਕਿਸੇ ਨੇ ਧੋਖਾ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟ ਖਟ ਕੇ ਲਿਆਂਦੀ ਫੇਸਬੁੱਕ ਵੇ ਖਟ ਖਟ ਕੇ ਲਿਆਂਦੀ ਫੇਸਬੁੱਕ ਵੇ ਮੈਂ ਟੈਂਪੂ ਚੋਂ ਡਿੱਗ ਪਈ ਬਾਹਰ ਨਿਕਲ ਕੇ ਚੁੱਕ ਵੇ ਮੈਂ ਟੈਂਪੂ ਚੋਂ ਡਿੱਗ ਪਈ ਆ ਚੁੱਕਣ ਤੋਂ ਮੈਨੂੰ ਯਾਦ ਆਇਆ ਕਿ ਇਹ ਪਰਸੋਂ ਅਸੀਂ ਕਿਸੇ ਦਾ ਜਨਾਜ਼ਾ ਚੁੱਕਿਆ ਮੂੰਹ ਤੁਹਾਡਾ ਇੰਨਾ ਉੱਤਰ ਗਿਆ ਕਿ ਕੋਈ ਬੰਦਾ ਜਾਣ ਪਛਾਣ ਦਾ ਚੰਗਾ ਹੀ ਸੀਗਾ ਕੋਈ ਬੰਦਾ ਮੈਂ ਕਿਹਾ ਬਹੁਤ ਖਾਸ ਬੰਦਾ ਸੀ ਸਾਡਾ ਅੱਛਾ ਉਹ ਵੀ ਇੰਟਰਨੈਟ ਨਾਲ ਜੁੜਿਆ ਹੋਇਆ ਸੀ ਓਏ ਹੋਏ 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 ਮੈਂ ਕਿਹਾ ਸਾਰੇ ਮੁੱਲੇ ਨੂੰ ਐਡ ਕਰਕੇ ਰੱਖ ਦਿਆ ਸੀ ਐਡ ਕਰਕੇ ਕਦੇ ਕਿਸੇ ਨੂੰ ਮਾੜਾ ਕਮੈਂਟ ਨਹੀਂ ਕੀਤਾ ਕਮੈਂਟ ਮਾੜਾ ਨਹੀਂ ਕੀਤਾ ਮੁੱਲੇ 'ਚ ਕੋਈ ਗੱਲ ਹੋ ਜਾਣੀ ਉਹਨੇ ਸਭ ਤੋਂ ਪਹਿਲਾਂ ਸਟੇਟਸ ਲਾਣਾ ਨਾ ਮੈਨੂੰ ਇਹ ਦੱਸੋ ਕਿ ਵਿਚਾਰਾ ਮਰਿਆ ਕਿੱਦਾਂ ਮਕਲੋਡਗੰਜ ਘੁੰਮਣ ਗਿਆ ਸੀ ਬਸ ਪਹਾੜੀਆਂ ਤੇ ਖੜ ਕੇ ਸੈਲਫੀ ਲੈਣ ਲੱਗਾ ਸੈਲਫੀ ਤਾਂ ਆਈ ਨਹੀਂ ਉਹਦੀ ਆ ਗਈ ਮੈਂ ਕਿਹਾ ਪੋਟੂ ਸ਼ਾਹ ਜੀ ਜਦੋਂ ਦੇ ਮੋਬਾਈਲ ਫੋਨ ਆਏ ਆ ਇੰਟਰਨੈਟ ਆਇਆ ਆ ਲੋਕਾਂ ਦਾ ਪਿਆਰ ਘਟ ਗਿਆ ਪਹਿਲੇ ਸਮੇਂ ਵਿੱਚ ਦੇਖੋ ਚਿੱਠੀਆਂ ਆਉਂਦੀਆਂ ਸੀ ਬਿਲਕੁਲ ਚਿੱਠੀਆਂ ਦੇ ਵਿੱਚ ਪਿਆਰ ਛਲਕਦਾ ਸੀ ਮੈਂ ਕਿਹਾ ਬਿਲਕੁਲ ਜਦੋਂ ਕੁੜੀ ਨੇ ਮੁੰਡੇ ਨੂੰ ਧੋਖਾ ਦੇ ਜਾਣਾ ਚਿੱਠੀ ਤੇ ਲਿਖਦਾ ਸੀ ਕੀ ਸੁਨੀਤਾ ਤੂੰ ਮੈਨੂੰ ਧੋਖਾ ਦੇ ਗਈ ਇਹ ਕੀ ਕੀਤਾ ਤੇ ਅੱਜ ਕੱਲ ਮੈਸੇਜ ਤੇ ਟਕਾ ਟਕ ਗੱਲ ਖਤਮ ਹੋ ਜਾਂਦੀ ਹੈ ਸਹੀ ਗੱਲ ਆ ਪਹਿਲਾਂ ਗੱਲਾਂ ਹੁੰਦੀਆਂ ਸੀ ਪਿਆਰ ਦੀਆਂ ਤੇ ਹੁਣ ਦੁਤਕਾਰ ਦੀਆਂ ਇਹ ਦੱਸੋ ਫਿਰ ਅੱਜ ਦੇ ਯੁੱਗ ਵਿੱਚ ਸੱਚਾ ਪਿਆਰ ਕਿਉਂ ਕਿਹਦੇ ਨਾਲ ਕਰਦਾ ਪਤੀ ਪਤਨੀ ਦਾ ਪਿਆਰ ਸੱਚਾ ਹੁੰਦਾ ਭੈਣ ਭਰਾ ਦਾ ਪਿਆਰ ਸੱਚਾ ਹੁੰਦਾ ਕਿ ਦੋਸਤਾਂ ਦਾ ਪਿਆਰ ਸੱਚਾ ਹੁੰਦਾ ਜਾਂ ਗਰਲਫ੍ਰੈਂਡ ਤੇ ਬੁਆਏਫ੍ਰੈਂਡ ਦਾ ਸੱਚਾ ਪਿਆਰ ਹੁੰਦਾ ਇਹ ਸਾਰੇ ਪਿਆਰ ਝੂਠੇ ਆ ਝੂਠੇ ਅੱਜ ਕੱਲ ਜੇ ਸੱਚਾ ਪਿਆਰ ਹੈਗਾ ਤੇ ਮੋਬਾਈਲ ਤੇ ਚਾਰਜਰ ਦਾ ਉਹ ਕਿੱਦਾਂ ਮੈਂ ਕਿਹਾ ਦੇਖੋ ਇੱਕ ਰਾਤ ਮੋਬਾਈਲ ਨੂੰ ਚਾਰਜਰ ਨਾ ਮਿਲੇ ਫੇਰ ਮੋਬਾਈਲ ਨੂੰ ਕੀ ਹੁੰਦਾ ਦੂਜੇ ਦਿਨ ਮੋਬਾਈਲ ਡੈਡ ਹੋ ਜਾਂਦਾ ਤੇ ਫੇਰ ਮੈਨੂੰ ਇਹ ਵੀ ਦੱਸ ਦਿਓ ਕਿ ਆ ਵਾਇਰਲ ਹੋਣਾ ਕੀ ਹੁੰਦਾ ਆ ਦੇਖੋ ਵਾਇਰਲ ਇੱਕ ਬਿਮਾਰੀ ਆ ਵਾਇਰਲ ਇੱਕ ਬਿਮਾਰੀ ਆ ਇਹਦਾ ਟਾਈਮ ਨਾਲ ਇਲਾਜ ਹੋ ਜਾ ਠੀਕ ਹੈ ਅੱਛਾ ਨਹੀਂ ਤੇ ਫੈਲਦੀ ਜਾਂਦੀ ਆ ਉਹ ਕਿੱਦਾਂ ਆ ਸਾਡੀ ਕਿਤੇ ਫਰੈਂਡ ਦੀ ਬੇਟੀ ਛੋਟੀ ਜੀ ਆ ਵਿਚਾਰੀ ਅੱਛਾ ਉਹ ਕਿਤੇ ਗੁੰਮ ਹੋ ਗਈ ਗੁੰਮ ਹੋ ਗਈ ਅਸੀਂ ਸੋਸ਼ਲ ਮੀਡੀਆ ਤੇ ਐਡ ਪਾਤੀ ਐਡ ਪਾਤੀ ਕਿ ਜਿਹੜਾ ਭਾਈ ਬੱਚੀ ਨੂੰ ਲੈ ਕੇ ਆਊਗਾ ਅਸੀਂ ਉਹਨੂੰ 10,000 ਰੁਪਇਆ ਇਨਾਮ ਦੇਵਾਂਗੇ ਸਹੀ ਗੱਲ ਹੈ 10,000 ਰੁਪਇਆ ਇਨਾਮ ਦੇਵੇ ਤੇ ਹੁਣ ਉਹ ਬੱਚੀ ਘਰੇ ਰਹਿੰਦੀ ਹੈ ਬਾਹਰ ਨਹੀਂ ਜਾਂਦੀ ਨਾ ਬਾਹਰ ਕਿਉਂ ਨਹੀਂ ਜਾਂਦੀ ਮੈਂ ਕਿਹਾ ਜਦ ਵੀ ਕਿਤੇ ਵਿਚਾਰੀ ਬਾਹਰ ਜਾਂਦੀ ਆ ਕੋਈ ਨਾ ਕੋਈ ਫੜ ਕੇ ਲਿਆਂਦਾ ਤੇ 10,000 ਰੁਪਇਆ ਲੈ ਜਾਂਦਾ ਔਰ 10,000 ਦਾ ਨਾਮ ਸੀ ਹੁਣ ਤੱਕ 10,00,000 ਰੁਪਇਆ ਵੰਡ ਚੁੱਕੇ ਆ ਇਹ ਹੁੰਦਾ ਵਾਇਰਲ ਦਾ ਨੁਕਸਾਨ ਮੈਂ ਕਹਿੰਨੀ ਆ ਇਹ ਤਾਂ ਨੁਕਸਾਨ ਹੋਇਆ ਵਾਇਰਲ ਹੋਣ ਦਾ ਪਰ ਇੱਕ ਫਾਇਦਾ ਵੀ ਬਹੁਤ ਵੱਡਾ ਹੋ ਗਿਆ ਕਿਹੜਾ ਆ ਜਿਹੜੇ ਵਿਆਹ ਦੇ ਕਾਰਡ ਆ ਇਹ ਵੀ ਸਾਨੂੰ ਅੱਜ ਕੱਲ ਵਟਸਐਪ ਤੇ ਹੀ ਆ ਜਾਂਦੇ ਆ ਬਿਲਕੁਲ ਵਿਆਹ ਦੇ ਕਾਰਡ ਵਟਸਐਪ ਤੇ ਆ ਜਾਂਦੇ ਇਧਰੋਂ ਸ਼ਗਨ ਵੀ ਵਟਸਐਪ ਤੇ ਚੱਲ ਜਾਂਦਾ ਪਰ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਕਿਉਂ ਮੈਂ ਤਾਂ ਉਦੋਂ ਮੰਨੂੰਗਾ ਕਦੋਂ ਜਦੋਂ ਵਟਸਐਪ ਤੇ ਵਿਆਹ ਦੀ ਮਠਿਆਈ ਆਇਆ ਕਰੂਗੀ ਭਾਜੀ ਆਇਆ ਕਰੂਗੀ ਮੈਂ ਕਿਹਾ ਉਦੋਂ ਪਤਾ ਕੀ ਹੋਣਾ ਕੀ ਹੋਣਾ ਮੈਂ ਕਿਹਾ ਲੋਕਾਂ ਨੇ ਮੋਬਾਈਲ ਹੀ ਖਾ ਜਾ ਕਰਨੇ ਆ ਨਿਆਣਿਆਂ ਨੇ ਗਲਾਸ ਕਾਰਡ ਖਾ ਜਾ ਕਰਨੇ ਕਹਿਣਾ ਮਠਿਆਈ ਆਈ ਆ ਭਾਜੀ ਆਈ ਆ ਇੱਥੇ ਤੱਕ ਕੰਮ ਜਾਣਾ ਇੱਥੇ ਤੱਕ ਗੱਲ ਚੱਲ ਜਾਣੀ ਆ ਚਲੋ ਠੀਕ ਆ ਇਹ ਤਾਂ ਵਾਇਰਲ ਹੋਣ ਦਾ ਨੁਕਸਾਨ ਹੋ ਗਿਆ ਮੈਂ ਕਹਿੰਦੀ ਅੱਜ ਜੇ ਕਿਤੇ ਕਿਸੇ ਦਾ ਫੋਨ ਗਵਾ ਜਵੇ ਨਾ ਭੱਜਣਾ ਹੀ ਪੈ ਜਾਂਦੀ ਆ ਆ ਤੇ ਦੂਜੇ ਫੋਨ ਤੋਂ ਫਟਾਫਟ ਮਿਸ ਕਾਲ ਕਰਕੇ ਦੇਖੀਦੀ ਵੀ ਫੋਨ ਕਿੱਥੇ ਕ ਵੱਜਦਾ ਆ ਕਿੱਥੇ ਕ ਸੁਣੀਏ ਤੇ ਚੱਕ ਲਈਦਾ ਆ ਤੇ ਆਉਣ ਵਾਲੇ ਸਮੇਂ 'ਚ ਕੋਈ ਟੈਕਨੋਲੋਜੀ ਆਊਗੀ ਮੈਂ ਕਿਹਾ ਟੈਕਨੋਲੋਜੀ ਆਉਣੀ ਆ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਫੋਨ ਨੇ ਆਪ ਬੋਲਿਆ ਕਰਨਾ ਮੈਂ ਕਿੱਥੇ ਪਿਆ ਉਹ ਕਿੱਦਾਂ ਮੰਨ ਲਓ ਸਿਰਹਾਣੇ ਥੱਲੇ ਫੋਨ ਪਿਆ ਤੁਸੀਂ ਲੱਭਦੇ ਮੈਂ ਫੋਨ ਨੇ ਪਤਾ ਕੀ ਕਹਿਣਾ ਕੀ ਕਹਿਣਾ ਓ ਮੈਂ ਸਿਰਹਾਣੇ ਥੱਲੇ ਪਿਆ ਓਏ ਸਿਰਹਾਣਾ ਚੱਕ ਤੇ ਮੈਨੂੰ ਵੀ ਨਾਲ ਚੱਕ ਉਸ ਤੋਂ ਬਾਅਦ ਲੇਡੀਜ਼ ਪਰਸ 'ਚ ਲੈ ਕੇ ਫੋਨ ਘੁੰਮਦੀਆਂ ਬਾਜ਼ਾਰ ਮੈਂ ਵੀ ਜਾਂਦੀ ਹੁੰਦੀ ਆ ਤੇ ਮੈਂ ਕਿਹਾ ਫੋਨ ਨੇ ਅੰਦਰੋਂ ਬੋਲਿਆ ਕਰਨਾ ਕੀ ਆ ਮੇਰੀ ਗੱਲ ਸੁਣੋ ਆਪ ਤੁਸੀਂ ਖੁੱਲੀ ਹਵਾ 'ਚ ਘੁੰਮਦੇ ਪਏ ਆ ਮੇਰਾ ਕਿ ਪਰਸ 'ਚ ਪਾ ਕੇ ਸਾਹ ਘੁੱਟਿਆ ਉਸ ਤੋਂ ਬਾਅਦ ਜਦੋਂ ਬੰਦੇ ਨੇ ਵਾਸ਼ਰੂਮ 'ਚੋਂ ਬਾਹਰ ਆਇਆ ਕਰਨਾ ਤੇ ਫੋਨ ਅੰਦਰ ਭੁੱਲ ਜਾ ਕਰਨਾ ਅੰਦਰ ਭੁੱਲ ਜਾ ਅੰਦਰੋਂ ਫੋਨ ਨੇ ਬੋਲਿਆ ਕਰਨਾ ਕੀ ਓਏ ਮਾਮਾ ਆਪਣਾ ਕੰਮ ਕਰਕੇ ਨਿਕਲ ਗਿਆ ਮੈਨੂੰ ਤੇਰਾ ਪਿਓ ਚੱਕੂਗਾ
ਸਹੀ ਗੱਲ ਆ ਸਹੀ ਗੱਲ ਆ। ਮੈਂ ਵੀ ਪੋਟੂ ਸ਼ਾਹ ਜੀ ਆਪਣੇ ਫੋਨ ਬਿਨਾਂ ਰਹਿ ਨਹੀਂ ਸਕਦੀ। ਮੈਂ ਵੀ ਆਪਣੇ ਫੋਨ ਨੂੰ ਨਾ ਬਹੁਤ ਪਿਆਰ ਕਰਦੀ ਆ। ਸਾਰੇ ਫੋਨਾਂ ਨੂੰ ਪਿਆਰ ਕਰਦੇ ਆ। ਮੇਰਾ ਛੋਟਾ ਮੁੰਡਾ ਉਹ ਸਾਰੀ ਦਿਹਾੜੀ ਫੋਨ ਲੈ ਕੇ ਬੈਠਾ ਰਹਿੰਦਾ। ਅੱਛਾ। ਤੇ ਪਰਸੋਂ ਮੈਂ ਉਹਨੂੰ ਕਿਹਾ, ਮੈਂ ਕਿਹਾ ਪੁੱਤ ਆ ਸਾਰੀ ਦਿਹਾੜੀ ਫੋਨ ਚ ਬੜਿਆ ਰਹਿੰਦਾ, ਬਾਹਰ ਵੀ ਦੁਨੀਆਂ ਵਸਦੀ ਉਹ ਵੀ ਦੇਖ ਲਾ। ਕੀ ਕਹਿੰਦਾ ਫਿਰ? ਅੱਗੇ ਮੈਨੂੰ ਕਹਿੰਦਾ ਪਾਪਾ ਜੀ ਲਿੰਕ ਸੈਂਡ ਕਰ ਦਿਓ, ਮੈਂ ਆਪੇ ਦੇਖ ਲੂੰਗਾ। ਮੈਂ ਕਿਹਾ ਅੱਜ ਦੇ ਜਵਾਕ ਤਾਂ 2-2, 2:30 ਵਜੇ ਤੱਕ ਸੌਂਦੇ ਨਹੀਂ ਮੋਬਾਈਲਾਂ ਕਰਕੇ। ਮੈਂ ਕਿਹਾ ਫੋਨ ਚ ਬੜੇ ਰਹਿੰਦੇ, 2:30-3 ਵਜੇ ਤੱਕ ਨਹੀਂ ਸੌਂਦੇ। ਜਿੰਨੀ ਦੇਰ ਕਿਤੇ ਨੀਂਦ ਦੇ ਝੋਕੇ ਨਾਲ ਮੋਬਾਈਲ ਡਿੱਗ ਕੇ ਨੱਕ ਤੇ ਨਾ ਬੱਜੇ, ਇਹ ਪਿਓ ਦੇ ਪੁੱਤ ਨਹੀਂ ਸੌਂਦੇ। ਹਾਲੇ ਤੇ ਫੋਨ 'ਚ ਨਜ਼ਰਾਂ ਹੀ ਬੜੀਆਂ, ਆਉਣ ਵਾਲੇ ਟਾਈਮ ਦੇ ਵਿੱਚ ਪਤਾ ਇਹਨਾਂ ਨੇ ਸਾਰੇ ਫੋਨ 'ਚ ਵੜ ਜਾਣਾ। ਉਹ ਕਿੱਦਾਂ? ਤੇ ਫਿਰ ਮਾਵਾਂ ਨੇ ਬਾਬਿਆਂ ਕੋਲ ਜਾ ਕੇ ਨਾ, ਬਾਬਾ ਜੀ 3 ਦਿਨ ਹੋ ਗਏ ਮੇਰਾ ਮੁੰਡਾ ਫੋਨ 'ਚ ਵੜਿਆ, ਪਲੀਜ਼ ਇਹਨੂੰ ਬਾਹਰ ਕੱਢੋ। ਉਹ ਬਾਬੇ ਨੇ ਕਹਿਣਾ, ਮੈਂ ਕਿਵੇਂ ਕੱਢਾਂ, ਮੇਰੇ ਤੇ ਸਾਰੇ ਚੇਲੇ ਮੋਬਾਈਲਾਂ 'ਚ ਵੜੇ ਹੋਏ ਆ, ਮੈਂ ਤੇ ਚਾਹ ਵੀ ਸੰਗਤ ਨੂੰ ਆਪ ਬਣਾ ਕੇ ਪਿਆਉਣਾ ਪਿਆ। ਚਾਹ ਤੋਂ ਮੈਨੂੰ ਯਾਦ ਆਇਆ, ਇੱਕ ਦਿਨ ਮੇਰੀ ਵਾਈਫ ਕਿਤੇ ਚੱਲ ਗਈ ਪੇਕੇ। ਅੱਛਾ। ਤੇ ਮੈਨੂੰ ਕਿਤੇ ਚਾਹ ਬਣਾਉਣੀ ਨਹੀਂ ਆਉਂਦੀ, ਤੇ ਮੈਂ ਫਿਰ ਕੁੱਕਰ 'ਚ ਪਾਣੀ ਪਾਇਆ, ਬੰਦ ਕਰਕੇ ਤੇ ਗੈਸ ਤੇ ਰੱਖਤੀ, ਨਾਲ ਹੀ ਲਾਈਵ ਹੋ ਗਿਆ। ਕੁੱਕਰ 'ਚ ਵੀ ਕੋਈ ਚਾਹ ਬਣਾਉਂਦਾ ਆ? ਮੈਨੂੰ ਕਿਹੜਾ ਬਣਾਉਣੀ ਆਉਂਦੀ ਹੈ, ਮੈਂ ਨਾਲ ਹੀ ਲਾਈਵ ਹੋ ਗਿਆ। ਮੈਂ ਕਿਹਾ ਦਰਸ਼ਕੋ ਦੱਸੋ ਬਈ ਚਾਹ ਬਣਾਉਣ ਲਈ ਕਿੰਨੀਆਂ ਸੀਟੀਆਂ ਲਾਈਆਂ ਜਾਂਦੀਆਂ, ਨਾਲ ਹੀ ਕਮੈਂਟ ਆਉਣ ਲੱਗ ਪਏ ਮੇਰੇ ਦੋਸਤਾਂ ਦੇ। ਦੱਸੋ, ਉਹ ਕਹਿੰਦੇ ਦਫਾ ਕਰੋ, ਕਿਹੜੀਆਂ ਸੀਟੀਆਂ ਬਣਾਉਣਾ, ਤੂੰ ਬੋਤਲ ਮੰਗਾ, ਅਸੀਂ 5-7 ਜਾਣੇ ਆਉਂਦੇ ਹਾਂ, ਗਲਾਸੀਆਂ ਲਾ ਕੇ ਇੱਦਾਂ ਦੀਆਂ ਸੀਟੀਆਂ ਮਾਰਾਂਗੇ, ਸਾਰਾ ਮਹੱਲਾ ਜਾਗਦਾ ਰਹੂਗਾ। ਉਹ ਜੇ ਸਾਨੂੰ ਨਹੀਂ ਬੁਲਾਉਣਾ ਤੇ ਆਪਣੀ ਗੁਆਂਢਣ ਲਈ ਸੀਟੀ ਮਾਰ ਲਾ, ਉਹਨੇ ਚਾਹ ਲੈ ਕੇ ਆ ਜਾਣਾ, ਦੱਸ ਕੁੱਕਰ 'ਚ ਚਾਹ ਬਣਾਉਣਾ ਪਿਆ। ਪੋਟੂ ਸ਼ਾਹ ਜੀ, ਜਾਂਦੇ ਜਾਂਦੇ ਮੈਨੂੰ ਤੇ ਮੇਰੇ ਦਰਸ਼ਕਾਂ ਨੂੰ ਇੱਕ ਸਵਾਲ ਦਾ ਜਵਾਬ ਦੇ ਕੇ ਜਾਓ। ਜਾਂਦੇ ਜਾਂਦੇ ਦਾ ਕੀ ਮਤਲਬ ਹੋਇਆ? ਮੈਂ ਤਾਂ ਅਜੇ ਖੜਾ, ਤੁਸੀਂ ਮੈਨੂੰ ਧੱਕੇ ਮਾਰਦੇ ਪਏ। ਨਹੀਂ ਨਹੀਂ, ਮੇਰਾ ਕਹਿਣ ਦਾ ਮਤਲਬ ਹੁਣ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ। ਸਮਾਂ ਕੌਣ, ਕਿੱਥੇ ਸਮਾਂ ਬੁਲਾਓ, ਇਜਾਜ਼ਤ ਮੈਂ ਲੈ ਲੈਣਾ ਕਿੱਥੇ ਸਮਾਂ? ਉਹ ਕਮੇਡੀ ਠੀਕ ਆ, ਹੱਦ ਹੋ ਗਈ ਪੋਟੂ ਸ਼ਾਹ ਜੀ। ਮੇਰਾ ਕਹਿਣ ਦਾ ਮਤਲਬ ਆ, ਇਹ ਦੱਸੋ ਕਿ ਪਹਿਲਾਂ ਦੇ ਫੋਨ ਤੇ ਹੁਣ ਦੇ ਫੋਨ 'ਚ ਜਿਹੜਾ ਬਹੁਤ ਵੱਡਾ ਫਰਕ ਆਇਆ, ਉਹ ਫਰਕ ਕਿਹੜਾ ਆ? ਦੇਖੋ ਜੀ, ਪਹਿਲਾਂ ਜਿਹੜੇ ਫੋਨ ਹੁੰਦੇ ਸੀ ਜੀ, ਉਹ ਜਦ ਕਿਤੇ ਫੋਨ ਥੱਲੇ ਡਿੱਗਦਾ ਸੀ ਤੇ ਉਦੋਂ ਬੈਟਰੀ ਬਾਹਰ ਆ ਜਾਂਦੀ ਸੀ। ਤੇ ਹੁਣ ਦੇ ਫੋਨਾਂ 'ਚ? ਹੁਣ ਫੋਨ ਇੰਨੇ ਮਹਿੰਗੇ ਆ, ਜਦੋਂ ਕਿਤੇ ਫੋਨ ਡਿੱਗੇ ਨਾ ਤੇ ਬੈਟਰੀ ਨਹੀਂ, ਬੰਦੇ ਦਾ ਕਲੇਜਾ ਬਾਹਰ ਆਉਂਦਾ।